ਜੋ ਸਾਡੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਗੇ ਨੇ, ਆਮ ਲੋਕ ਉਹਨਾਂ ਨੂੰ ਬਹੁਤ ਪਸੰਦ ਕਰ ਰਹੇ ਨੇ। ਉਹਨਾਂ ਦਾ ਜਿਹੜਾ ਬਿਲਕੁਲ ਇੱਕ ਸਧਾਰਨ ਬੈਕਗ੍ਰਾਉਂਡ ਤੋਂ ਉੱਠ ਕੇ ਐਡੀ ਵੱਡੀ ਜਗ੍ਹਾ 'ਤੇ ਪਹੁੰਚਣਾ, ਉਹਦੇ ਵਿੱਚ ਬੜਾ ਕੁਛ ਲਿਖਿਆ ਹੋਇਆ ਔਰ ਬੜਾ ਕੁਛ ਪੜ੍ਹਨ ਨੂੰ ਵੀ ਹੈ। ਕਿਸ ਤਰ੍ਹਾਂ ਉਹਨਾਂ ਨੇ MLA ਬਣਨ ਤੋਂ ਬਾਅਦ ਵੀ MA ਕੀਤੀ, LLB ਕੀਤੀ ਔਰ ਹੁਣ PhD ਕਰ ਰਹੇ ਨੇ। ਇਸ ਤੋਂ ਲੋਕਾਂ ਨੂੰ ਸਿੱਖਣਾ ਚਾਹੀਦਾ, ਉਹਨਾਂ ਦੀ ਇੱਕ ਜੀਵਨੀ ਹੈ। ਉਹਨਾਂ ਦੇ ਬ੍ਰਦਰ ਵੀ ਜਿਹੜੇ ਰਿਟਾਇਰ ਹੋਏ ਨੇ ਚੀਫ ਇੰਜੀਨੀਅਰ, ਉਹ ਇੱਕ ਓਵਰਸੀਅਰ ਭਰਤੀ ਹੋਏ ਸੀ। ਉਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਕਰਕੇ ਇੰਜੀਨੀਅਰਿੰਗ ਕੀਤੀ, ਫਿਰ ਉਹ ਚੀਫ ਇੰਜੀਨੀਅਰ ਤੱਕ ਪਹੁੰਚੇ। ਇਹ ਚੀਜ਼ਾਂ ਤੋਂ ਉਸ ਪਰਿਵਾਰ ਤੋਂ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਵਰਕਰ ਤਾਂ ਜੀ ਉਸ ਦਿਨ ਦੇ ਗਿੱਧਾ ਪਾਉਂਦੇ ਫਿਰਦੇ ਨੇ, ਸਾਰੇ ਢੋਲ ਵਜਾ ਰਹੇ ਨੇ। ਸਾਡੇ ਛੋਟੇ ਸਮਾਜ, ਗਰੀਬ ਸਮਾਜ 'ਚ ਬਹੁਤ ਜ਼ਿਆਦਾ ਕਾਂਗਰਸ ਪਾਰਟੀ ਦੀ ਚੜ੍ਹ। ਪਬਲਿਕ ਵਾਸਤੇ ਜਿਹੜੇ ਇਲੈਕਟਡ ਰਿਪ੍ਰੈਜੈਂਟੇਟਿਵ ਸਨ, ਲਾਈਕ ਸਾਡੇ ਮੈਂਬਰ ਪੰਚਾਇਤ, ਸਾਡੇ ਸਰਪੰਚ, ਉਹਨਾਂ ਨੂੰ ਸਾਡੇ ਮਿਊਂਸੀਪਲ ਕਮੇਟੀ ਦੇ MCs ਜਿਹੜੇ ਨੇ, ਉਹ ਹੁਣ ਸੈਕਟਰੀਏਟ 'ਚ ਆਪਣੇ ਲੀਡਰਾਂ ਨੂੰ, ਆਪਣੇ ਮਿਨਿਸਟਰਸ ਨੂੰ ਮਿਲਣ ਦਾ, ਆਫਿਸਰਸ ਨੂੰ ਮਿਲਣ ਦਾ ਉਹਨਾਂ ਕੋਲ ਰਾਹ ਮਿਲ ਗਿਆ। ਪਹਿਲਾਂ ਉਹਨਾਂ ਦੀ ਐਂਟਰੀ ਉੱਥੇ ਬੈਂਡ ਰਹੀ, ਨਹੀਂ ਸੀ ਜਾ ਸਕਦੇ। ਸਾਨੂੰ ਵੀ ਉੱਥੇ ਕਾਰਡ ਬਣਾਉਣੇ ਪੈਂਦੇ ਸੀ CM ਆਫਿਸ 'ਤੇ, ਉਹਦੇ ਕਨਾਲ ਸਾਡੀ ਐਂਟਰੀ ਹੁੰਦੀ ਸੀ। ਹੁਣ ਹਰੇਕ ਇਲੈਕਟਡ ਰਿਪ੍ਰੈਜੈਂਟੇਟਿਵ ਆਪਣੇ ਉੱਥੇ ਜਾ ਕੇ ਮੰਤਰੀਆਂ ਨੂੰ, ਮੁੱਖ ਮੰਤਰੀ ਨੂੰ ਕਿਸੇ ਟਾਈਮ ਵੀ ਜਾ ਕੇ ਵਰਕਿੰਗ ਆਰਸ 'ਚ ਮਿਲ ਸਕੇਗਾ। ਮੈਂ ਉਹਦਾ ਚੰਨੀ ਸਾਹਿਬ ਦਾ ਅਤੇ ਉਹਨਾਂ ਦੀ ਕੰਪਲੀਟ ਕੈਬਨਿਟ ਦਾ ਇਹਦੇ 'ਤੇ ਵੀ ਬਹੁਤ ਧੰਨਵਾਦ ਕਰ। ਦੇਖੋ, ਹਮੇਸ਼ਾ ਹੀ ਜਦੋਂ ਕਲੀਨ ਗਵਰਨਮੈਂਟ ਹੋਵੇ, ਅਪਰੋਚੇਬਲ ਹੋਵੇ, ਲੋਕਾਂ ਦੀ ਪਹੁੰਚ 'ਚ ਹੋਵੇ, ਉਹਦਾ ਫਾਇਦਾ ਜ਼ਰੂਰ ਮਿਲਦਾ। ਅਗਰ ਇੱਥੇ ਵੀ ਸਨੌਰ 'ਚ ਮੈਂ ਜਿਵੇਂ ਕੰਮ ਕਰਦਾ ਸੀ, ਅਗਰ ਮੇਰੇ ਨਾਲ ਕਿਸੇ ਨੂੰ ਕੁਛ ਸ਼ਿਕਾਇਤ ਸੀ, ਮਹਾਰਾਣੀ ਸਾਹਿਬ ਹਰੇਕ ਦੀ ਗੱਲ ਸੁਣਦੇ ਸੀ, ਹਰੇਕ ਆਦਮੀ ਮਹਾਰਾਣੀ ਸਾਹਿਬ ਨੂੰ ਦੱਸ ਸਕਦਾ ਸੀ। ਇਸੇ ਤਰ੍ਹਾਂ ਹੁਣ ਸਾਰੇ CM ਕੋਲ ਵੀ ਜਾ ਸਕਣਗੇ, ਮੰਤਰੀਆਂ ਕੋਲ ਵੀ ਜਾ ਸਕਣਗੇ। ਸਾਨੂੰ ਵੀ ਜਦੋਂ ਲੋੜ ਪਏਗੀ, ਅਸੀਂ ਵੀ ਉਹਨਾਂ ਨੂੰ ਅਪਰੋਚ ਕਰਾਂਗੇ ਆਪਣੇ ਹਲਕੇ ਦੇ ਅੱਛੇ ਕੰਮਾਂ ਵਾਸਤੇ। ਮਹਾਰਾਣੀ ਪ੍ਰਨੀਤ ਕੌਰ ਜੀ ਨੇ 19 ਜਦੋਂ ਚੋਣ ਲੜੀ ਹੈ, ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜੇ ਮੈਂ ਇਲੈਕਸ਼ਨ ਇੱਥੋਂ ਜਿੱਤ ਕੇ ਗਈ ਤਾਂ ਮੈਂ ਤੁਹਾਨੂੰ ਸਨੌਰ ਵਾਲਿਆਂ ਨੂੰ ਇੱਥੋਂ ਰਸਤਾ ਬਣਵਾ ਕੇ ਦੇਵਾਂਗੀ। ਇਹ ਆਮ ਜੋ ਸਰਪੰਚ, ਪੰਚ ਜਾਂ ਜ਼ਿਲ੍ਹਾ ਪਰਿਸ਼ਦ, ਬਲੋਕ ਸਮਿਤੀ ਜੋ ਵੀ ਮੈਂਬਰ ਸਨ, ਉਹਨਾਂ ਦੀ ਪਹੁੰਚ ਸੈਕਟਰੀਏਟ ਤੱਕ ਨਹੀਂ ਸੀ। ਲੇਕਿਨ ਹੁਣ ਜਿਹੜਾ ਇਹ ਕਾਰਡ ਬਣ ਜਾਣਗੇ, ਸਾਨੂੰ ਵੀ ਸੈਕਟਰੀਏਟ ਜੇ ਐਂਟਰੀ ਮਿਲੇਗੀ, ਅਸੀਂ ਵੀ ਮਿਨਿਸਟਰ ਸਾਹਿਬ ਨੂੰ ਸਾਡੀਆਂ ਕੋਈ ਪ੍ਰੋਬਲਮਾਂ ਹਲਕੇ ਦੀਆਂ ਜਾਂ ਸਾਡੇ ਪਿੰਡਾਂ ਦੀਆਂ ਅਸੀਂ ਦੱਸ ਪਾਵਾਂਗੇ। ਇਹਦੇ ਨਾਲ ਸਾਰੇ ਹੀ ਸਰਪੰਚਾਂ ਨੂੰ, ਸਾਰੇ ਹੀ ਮੈਂਬਰ ਜੋ ਇਲੈਕਟਡ ਮੈਂਬਰ ਨੇ, ਸਾਰਿਆਂ ਨੂੰ ਹੀ ਫਾਇਦਾ ਹੋਏਗਾ ਜੀ। ਸਾਡੇ ਹੁਣ ਨਵੇਂ CM ਬਣੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਉਹਨਾਂ ਦੇ ਆਉਣ ਨਾਲ ਜਿਹੜਾ ਕਾਂਗਰਸ ਦਾ ਵਰਕਰ ਆ ਉਹ 'ਚ ਬਹੁਤ ਜ਼ਿਆਦਾ ਉਤਸ਼ਾਹਿਤ ਆਇਆ ਹੋਇਆ। ਜਿਸ ਤਰ੍ਹਾਂ ਕਿ ਅਫਸਰਸ਼ਾਹੀ ਪਹਿਲਾਂ ਭਾਰੀ ਸੀਗੀ, ਉਹਨੂੰ ਇੱਕ ਤਰ੍ਹਾਂ ਦੀ ਨਖੇਲ ਪਈ ਆ ਸੈਟਣ ਲਈ, ਅਤੇ ਨਾਲ ਹੀ ਜਿਹੜੇ ਵੀ ਸਾਡੇ ਹੋਰ ਕਾਰਜ ਸੀਗੇ, ਜਿਸ ਤਰ੍ਹਾਂ ਕਿ ਉਹ ਉਤਸ਼ਾਹਿਤ ਦੇ ਨਾਲ ਪੂਰੇ ਪੰਜਾਬ 'ਚ ਜਾ ਰਹੇ ਨੇ, ਹਰ ਇੱਕ ਸਮੱਸਿਆ ਸੁਣ ਰਹੇ ਨੇ, ਪ੍ਰੋਪਰ ਮੰਤਰੀ ਸਾਹਿਬ ਸਾਰੇ ਬੈਠ ਰਹੇ ਨੇ, ਹਰ ਕੰਮ ਦੇ ਵਿੱਚ ਕਾਫੀ ਜ਼ਿਆਦਾ ਤੇਜ਼ੀ ਆਈ ਹੈ ਜੀ। ਕੈਪਟਨ ਅਮਰਿੰਦਰ ਸਿੰਘ ਘੱਟ ਮਿਲਦੇ ਸੀ? ਹਾਂ, ਘੱਟ ਮਿਲਦੇ ਸੀ ਜੀ। ਜਿਸ ਤਰ੍ਹਾਂ ਹੁਣ ਤੁਸੀਂ ਸੁਣਿਆ ਹੀ ਹੋਣਾ ਕਿ ਕਾਫੀ ਟਾਈਮ ਤੋਂ ਪਿੱਛੇ ਉਹਨਾਂ ਦਾ ਅੱਜ ਹੀ ਜਿਹੜਾ ਬਿਆਨ ਚੱਲ ਰਿਹਾ ਕਿ ਪਿੰਡਾਂ ਦੇ ਵਿੱਚ 5-5 ਮਰਲੇ ਦੇ ਪਲਾਟ ਦੇਣੇ ਆ, ਜੇ ਜਿੰਨਾ ਕੁਝ ਜ਼ਮੀਨਾਂ ਜਾਂ 5-5 ਬੇਘਰਾਂ ਨੂੰ ਪਲਾਟ ਦੇਣਾ, ਉਹਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਇੱਕ ਨਵੀਂ ਰੂਹ, ਇੱਕ ਨਵਾਂ ਲਹਿਰ ਉਤਸ਼ਾਹਿਤ ਆਇਆ ਲੋਕਾਂ ਦੇ ਵਿੱਚ। ਇੱਕ ਹੋਰ ਚੀਜ਼ ਨਵੀਂ ਹੋਈ ਆ ਸਰਪੰਚਾਂ ਵਾਸਤੇ, ਖਾਸ ਕਰਕੇ ਪਹਿਲਾਂ ਤੁਹਾਨੂੰ CM ਨੂੰ ਮਿਲਣ ਵਾਸਤੇ ਕਾਰਡ ਬਣਵਾਉਣਾ ਪੈਂਦਾ ਸੀ ਜੀ ਜੀ, ਅਤੇ ਹੁਣ ਉਹਨਾਂ ਨੇ ਖੁੱਲ੍ਹਾ ਕਰਤਾ ਕਿ ਜਿਹੜਾ ਚੁਣਿਆ ਹੋਇਆ ਸਰਪੰਚ ਆ, ਮੈਂਬਰ ਆ ਜਾਂ MC ਆ, ਉਹ ਕਦੇ ਵੀ ਆ ਕੇ ਮਿਲ ਸਕਦਾ। ਬਿਲਕੁਲ ਜੀ, ਇਹ ਸਰਕਾਰ ਨੇ ਪਹਿਲੀ ਵਾਰੀ ਕੀਤਾ, ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਅਸੀਂ ਆਪਣੀਆਂ ਸਮੱਸਿਆਵਾਂ, ਆਪਣੇ ਜਿਹੜੇ ਵੀ ਸਾਡੇ ਸਮੱਸਿਆਵਾਂ ਜਾਂ ਆਪਣੇ ਸਾਡੇ ਸੁਝਾਅ ਆ, ਅਸੀਂ ਲੈ ਕੇ ਸਿੱਧੇ ਹਾਈ ਅਥੋਰਟੀ ਤੱਕ ਜਾ ਸਕਦੇ ਹਾਂ, ਵਿੱਚ ਕੋਈ ਵਿਚੋਲਾ ਨਹੀਂ, ਕੋਈ ਕੁਛ ਨਹੀਂ ਜੀ। ਬਹੁਤ ਜ਼ਿਆਦਾ ਬਹੁਤ ਸ਼ਲਾਘਾਯੋਗ ਇਹ ਕਦਮ ਹੈ। ਇੱਕ ਇਹਨਾਂ 3-4 ਮਹੀਨਿਆਂ ਦੇ ਵਿੱਚ ਤੁਹਾਨੂੰ ਲੱਗਦਾ ਕੁਝ ਹੋ ਪਾਊਗਾ? ਬਿਲਕੁਲ ਜੀ, ਬਿਲਕੁਲ ਡੈਫੀਨੇਟਲੀ ਹੋਏਗਾ ਜੀ। ਤੁਸੀਂ ਖੁਦ ਆਪ ਦੇਖ ਰਹੇ ਹੋ, ਲੋਕਾਂ 'ਚ ਵਿਚਰ ਰਹੇ, ਲੋਕਾਂ 'ਚ ਉਤਸ਼ਾਹ ਵਾ, ਸਾਰਾ ਕੁਛ ਹੈ। ਜਿਹੜੇ ਪਿਛਲੇ 4.5 ਸਾਲਾਂ ਦੇ ਵਿੱਚ ਲੋਕ ਨਾਰਾਜ਼ ਸੀਗੇ ਕਿ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਹੋਇਆ, ਉਹਨੂੰ ਲੱਗਦਾ 3 ਮਹੀਨਿਆਂ 'ਚ ਸਾਰੇ ਪੂਰੇ ਹੋ ਜਾਣਗੇ? ਨਹੀਂ, ਐਸੀ ਤਾਂ ਕੋਈ ਗੱਲ ਨਹੀਂ ਜੀ, ਪਹਿਲਾਂ ਵਾਅਦੇ ਪੂਰੇ ਨਹੀਂ ਹੋਏ ਹੈਗੇ, ਪਹਿਲੇ ਕਾਫੀ ਵਾਅਦੇ ਪੂਰੇ ਹੋ ਗਏ, ਕੁਛ ਰਹਿ ਗਏ ਆ, ਅਤੇ ਚੰਨੀ ਸਾਹਿਬ ਹੋਪਲੀ ਉਹਨਾਂ ਨੂੰ ਪੂਰੀ ਤਰ੍ਹਾਂ ਕਰਨਗੇ ਤਾਂ ਕਿ ਅਸੀਂ ਆਪਣੀ ਸਰਕਾਰ ਦੁਬਾਰਾ ਤੋਂ ਲੈ ਕੇ ਆਈਏ ਜੀ। ਬਹੁਤ ਵਧੀਆ ਉਪਰਾਲਾ ਜੀ, ਚਰਨਜੀਤ ਸਿੰਘ ਚੰਨੀ ਜੀ ਬਹੁਤ ਵਧੀਆ ਮੁੱਖ ਮੰਤਰੀ ਦੇ ਤੌਰ 'ਤੇ ਦੇਖੇ ਜਾ ਰਹੇ ਹੈ, ਕਿਉਂਕਿ ਪਬਲਿਕ 'ਚ ਵਿਚਰ ਰਹੇ ਹੈ। ਇਹੋ ਜਿਹੇ CM ਦੀ ਲੋੜ ਸੀਗੀ, ਜਿਵੇਂ ਉਹਨੇ ਸਰਪੰਚਾਂ ਨੂੰ ਕੀਤਾ ਵੀ ਕਾਰਡ ਸਿੱਧੇ ਮਿਲ ਸਕਣਗੇ, ਇਹ ਪਿੰਡਾਂ ਦੀਆਂ ਬਹੁਤ ਮੁਸ਼ਕਲਾਂ ਸਿੱਧੀਆਂ ਬੜੀ ਛੇਤੀ ਹੱਲ ਹੋ ਸਕਣਗੀਆਂ। ਜਦੋਂ ਤੁਸੀਂ CM ਕੋਲ ਸਿੱਧਾ ਜਾਂਦੇ ਹੋ ਤਾਂ ਨੀਚੇ ਵਾਲੇ ਤੁਹਾਡੇ ਨਾਲ ਨਾਰਾਜ਼ ਨਹੀਂ ਹੋ ਜਾਇਆ ਕਰਨਗੇ? ਬਿਲਕੁਲ ਨਹੀਂ, ਸਾਡੇ ਤਾਂ ਨਾਰਾਜ਼ ਵਾਲੀ ਤਾਂ ਕੋਈ ਦਿੱਕਤ ਹੀ ਨਹੀਂ, ਕਿਉਂਕਿ ਕਿਸੇ ਸੈਕਟਰੀ ਦੀ ਸ਼ਿਕਾਇਤ ਕਰਦੇ ਹੋ ਜਾ ਕੇ ਕਿ ਸਾਡੇ ਤੋਂ ਕਮਿਸ਼ਨ ਮੰਗ ਰਿਹਾ, ਤਾਂ ਉਹ ਉਹਨੂੰ ਤਕਲੀਫ ਨਹੀਂ ਆਊਗੀ? ਸਰ, ਅਸੀਂ ਕਮਿਸ਼ਨ ਤਾਂ ਨਾ ਪਹਿਲਾਂ ਦਿੱਤੀ ਹੈ ਨਾ ਕਮਿਸ਼ਨ ਸਾਡੇ ਤੋਂ ਮੰਗੀ ਹੈ। ਸਰ, ਜਿਹੜੇ ਤੁਸੀਂ ਸੈਕਟਰੀ ਸਾਹਿਬਾਨ ਦੀ ਜਾਂ ਹੋਰ ਸਟਾਫ ਦੀ ਗੱਲ ਕਰ ਰਹੇ ਹੋ, ਤੁਹਾਡੀ ਨੌਲੇਜ ਦੱਸ ਲੈ, ਸੈਕਟਰੀ ਸਾਹਿਬਾਨ ਪੰਚਾਇਤਾਂ ਦੇ ਨਾਲ ਉਹਨਾਂ ਦਾ ਲੇਖਾ ਜੋਖਾ ਰੱਖਣ ਵਾਸਤੇ ਹੁੰਦਾ, ਨਾ ਕਿ ਉਹ ਵਰਕਿੰਗ ਕਰਨ ਵਾਸਤੇ।
ਜਿਹੜਾ ਪੁਲ ਫਲਾਜਿਕ ਵਰਕਿੰਗ ਕਰਨਾ ਉਹ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੇ ਕਰਨਾ ਹੈ। ਲੇਕਿਨ ਜ਼ਿਆਦਾਤਰ ਹੁੰਦਾ ਹੈ ਨਾ ਕਿ ਵਿੱਚੋਂ ਕਮਿਸ਼ਨ ਮੰਗਿਆ ਜਾਂਦਾ ਵੀਡੀਓ ਵੱਲੋਂ ਸੈਕਟਰੀ ਵੱਲੋਂ? ਨਹੀਂ ਨਹੀਂ, ਐਸਾ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ ਕਿ ਵੀਡੀਓ ਜਾਂ ਸੈਕਟਰੀ ਕੋਈ ਵੀ ਕਿਸੇ ਤਰ੍ਹਾਂ ਦਾ ਕਮਿਸ਼ਨ ਮੰਗਦੇ ਹੋਣ ਜਾਂ ਫਿਰ ਉਹਨਾਂ ਨੂੰ ਕੋਈ ਆਫਰ ਹੋਇਆ, ਐਸਾ ਕੁਛ ਵੀ ਨਹੀਂ ਹੈਗਾ ਜੀ। ਜਿਹੜੇ ਆਮ ਸਮਾਜ ਆ, ਜਿਹੜਾ ਕਿਰਤੀ ਸਮਾਜ ਆ, ਉਹਦੇ ਵਾਸਤੇ ਕੁਛ ਲੱਗਦਾ ਹੈ ਕਿ ਜਿਵੇਂ ਕਿਰਤੀ ਸਮਾਜ ਬੜਾ ਖੁਸ਼ ਨਜ਼ਰ ਆ ਰਿਹਾ, ਉਹਨਾਂ ਦਾ ਕੁਛ ਬਣਦਾ? ਬਿਲਕੁਲ ਬਣੇਗਾ ਜੀ। ਜਿਵੇਂ ਹੁਣ ਪਿੰਡਾਂ 'ਚ ਪੰਜ ਪੰਜ ਮਰਲੇ ਪਲਾਟਾਂ ਦੀ ਉਹ ਗੱਲ ਕੀਤੀ ਹੈ, ਇਹ ਬੜੀ ਖੁਸ਼ੀ ਵਾਲੀ ਲਹਿਰ ਹੈ ਪਿੰਡਾਂ 'ਚ। ਇਹਦੇ ਨਾਲ ਗੱਲੇ ਦਾ ਵੋਟ ਬੈਲਟ ਬਣੇਗਾ, ਹੁਣ 100% ਅਸੀਂ ਕਹਿ ਸਕਦੇ ਹਾਂ ਕਾਂਗਰਸ ਸਰਕਾਰ ਦੁਬਾਰਾ ਰਿਪੀਟ ਕਰੂਗੀ। ਜਿੱਥੇ ਪੰਚਾਇਤੀ ਜ਼ਮੀਨਾਂ ਹੀ ਨਹੀਂ ਆ ਉੱਥੇ ਕਿੱਥੇ ਪਲਾਟ ਦੇਣਗੇ? ਨਹੀਂ, ਉੱਥੇ ਜਿਵੇਂ ਹੋਰ ਸਕੀਮਾਂ ਚੱਲੀਆਂ ਬਹੁਤ ਚੱਲ ਰਹੀਆਂ, ਜਿਹੜੀਆਂ ਗਰੀਬੀ ਲਈ ਗਾਰਡਰ ਵਾਲਿਆਂ ਦੇ ਪੈਸੇ ਚਾਹੇ ਆਹ ਸੈਂਟਰ ਗੌਰਮੈਂਟ ਵੇਲੇ ਰਹੇ ਹੈ, ਇਹ ਵੀ ਬਹੁਤ ਫਾਇਦੇਮੰਦ ਹੈ। ਚੰਨੀ ਸਾਹਿਬ ਵੱਲੋਂ ਇੱਕ ਹੋਰ ਗੱਲ ਕਹੀ ਜਾ ਰਹੀ ਹੈ ਕਿ ਆਟਾ ਦਾਲ ਸਕੀਮ ਛੱਡੋ, ਪੜ੍ਹਾਓ ਬੱਚਿਆਂ ਨੂੰ ਅਤੇ ਸਹੂਲਤਾਂ ਮਿਲਣ, ਇਹ ਕਿਵੇਂ? ਬਿਲਕੁਲ ਸਹੀ ਗੱਲ ਹੈ ਜੀ, ਪੜ੍ਹਾਉਣ ਵਾਲੀ ਬਿਲਕੁਲ, ਜੇ ਪੜ੍ਹੇਗਾ ਜਾਂ ਲਿਖੇਗਾ ਕਿਤੇ ਲੱਗੇਗਾ, ਫਿਰ ਆਟਾ ਦਾਲ ਦੀ ਨਾ ਮੰਗਣ ਦੀ ਲੋੜ ਪੈਣੀ ਹੈ ਨਾ ਦੇ। ਬਹੁਤ ਆਸਾਨ ਹੈ ਜੀ, ਬੜਾ ਉਤਸ਼ਾਹ ਹੈ ਪਾਰਟੀ ਦੇ ਵਿੱਚ, ਅਤੇ ਜਿਵੇਂ ਦੇ ਉਹ ਕੰਮ ਕਰ ਰਹੇ ਨੇ ਉਸ ਨਾਲ ਮੈਨੂੰ ਲੱਗਦਾ ਪਾਰਟੀ ਦੀ ਦੁੱਗਣੀ ਰਾਤ ਚੌਗਣੀ ਤਰੱਕੀ ਕਰੂਗੀ। ਤੁਹਾਡੇ ਇੱਥੋਂ ਜਿਹੜਾ ਹਾਈਵੇ ਨਾਲ ਜੁੜਦੀ ਉਹ ਜਿਹੜੀ ਸੜਕ ਬਣ ਰਹੀ ਹੈ, ਜਿਹੜੀ ਇੱਥੋਂ ਸਨੌਰ ਦੀ ਕਾਫੀ ਦੇਰ ਤੋਂ ਲੋਕਾਂ ਦੀ ਮੰਗ ਸੀ, ਉਹਨੂੰ ਅੱਜ ਐਲਾਨ ਕੀਤਾ ਗਿਆ ਹਰੀਮਨ ਸਾਹਿਬ? ਇਹ ਮੰਗ ਜਦੋਂ ਇਹ ਫਲਾਈਓਵਰ ਬਣ ਲੱਗਿਆ ਉਦੋਂ ਦੀ ਸਾਡੇ ਸਨੌਰ ਦੇ ਲੋਕਾਂ ਦੀ ਮੰਗ ਸੀਗੀ ਜੀ, ਪਰ ਸਾਡੀ ਦੁਰਭਾਗਪਣਾ ਲਾ ਲਓ ਕਿ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਸੈਂਟਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਕਰਕੇ ਨਹੀਂ ਦਿੱਤੀ। ਲੇਕਿਨ 5 ਸਾਲ ਤੋਂ ਤਾਂ ਤੁਹਾਡੀ ਸੀ। ਦੇਖੋ ਫਿਰ ਅਸੀਂ ਤਾਂ ਪ੍ਰੋਜੈਕਟ ਲੈ ਆਏ ਨਾ, ਅੱਜ ਪ੍ਰੋਜੈਕਟ ਤਾਂ ਆ ਗਿਆ ਸਾਡੀ ਸਰਕਾਰ 'ਚ, ਚਾਹੇ ਉਹ ਇੱਕ ਦਿਨ ਪਹਿਲਾਂ ਆ ਜੇ ਪ੍ਰੋਜੈਕਟ ਤਾਂ ਸਰਕਾਰ ਦਾ ਹੀ ਬੱਜੂਗਾ। ਪਰ ਅੱਜ ਮੈਂ ਮਹਾਰਾਣੀ ਸਾਹਿਬ ਅਤੇ ਆਪਣੇ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰੋਜੈਕਟ ਲਿਆ ਕੇ ਸਨੌਰ ਨਿਵਾਸੀਆਂ ਨੂੰ ਔਰ ਹਲਕਾ ਨਿਵਾਸੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ, ਕਿਉਂਕਿ ਇਸ ਪ੍ਰੋਜੈਕਟ ਦੇ ਨਾਲ ਅਸੀਂ ਚੰਡੀਗੜ੍ਹ ਤੋਂ ਬਠਿੰਡੇ ਨਾਲ 1 ਮਿੰਟ 'ਚ ਜੁੜ ਜਾਵਾਂਗੇ, ਕਿਉਂਕਿ ਨਹੀਂ ਸਾਨੂੰ 4-5 ਕਿਲੋਮੀਟਰ ਦਾ ਘੇਰਾ ਪੈਂਦਾ ਸੀ। ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ MC ਆ ਜਾਂ ਚੁਣੇ ਹੋਏ ਜਿਹੜੇ ਪ੍ਰਧਾਨ ਆ, ਮੈਂਬਰ ਆ ਜਾਂ ਸਰਪੰਚ ਆ, ਉਹਨਾਂ ਨੂੰ ਸਿੱਧੇ ਮਿਲ ਸਕਦੇ ਆ? ਬਿਲਕੁਲ ਜੀ, ਇਹ ਜਿਹੜੇ ਹੁਣ ਕਾਰਡ ਬਣਾ ਰਹੇ ਨੇ, ਤੁਹਾਨੂੰ ਪਤਾ ਹੀ ਹੈ ਸੈਕਟਰੀਏਟ ਦੇ ਵਿੱਚ ਤੁਸੀਂ ਭਲੀ ਭਾਂਤੀ ਜਾਣੂ ਹੋ ਵੀ ਆਮ ਬੰਦਾ ਤਾਂ ਪਹਿਲਾਂ ਵੱਢ ਨਹੀਂ ਸਕਦਾ ਸੀ, ਬਹੁਤ ਔਖਾ ਸੀਗਾ। ਇਹਨਾਂ ਕਾਰਡਾਂ ਦੇ ਨਾਲ ਇੱਕ ਰਿਲੀਫ ਹੋਊਗੀ ਕਿ ਅਸੀਂ ਮਿਨਿਸਟਰਾਂ ਤੱਕ, ਪ੍ਰਿੰਸੀਪਲ ਸੈਕਟਰੀਆਂ ਤੱਕ, CM ਸਭ ਤੱਕ ਅਪਰੋਚ ਕਰ ਸਕਾਂਗੇ। ਤੁਸੀਂ ਜਦੋਂ ਸਿੱਧੇ ਜਾ ਕੇ CM ਨੂੰ ਮਿਲਦੇ ਹੋ ਤੇ ਜਿਹੜੇ ਨੀਚੇ ਵਾਲੇ ਲੋਕ ਆ ਤੁਹਾਡੇ ਨਾਲ ਨਾਰਾਜ਼ ਨਹੀਂ ਹੋ ਜਾਣਗੇ? ਨਹੀਂ, ਜੇ ਲੋੜ ਪੈਂਦੀ ਤਾਂ ਹੀ ਮਿਲਾਂਗੇ, ਉਹਨਾਂ ਲੋਕਾਂ ਦੀ ਸਹਿਮਤੀ ਲੈ ਕੇ ਮਿਲਾਂਗੇ। ਨਹੀਂ, ਸਹਿਮਤੀ ਅਗਰ ਤੁਹਾਡੇ ਕੰਮ ਨਹੀਂ ਹੋ ਰਹੇ, ਮੰਨ ਲਓ ਤੁਹਾਡੇ ਤੋਂ ਕੁਛ ਸ਼ਿਕਾਇਤ ਕਰ, ਮੈਨੂੰ ਨਹੀਂ ਲੱਗਦਾ ਜੀ ਕੰਮ ਨਹੀਂ ਹੋਣਗੇ, ਜਿਹੋ ਜਿਹੀ ਉਹਦੀ ਵਰਕਿੰਗ ਹੈ ਕੰਮ ਹੋਣਗੇ ਔਰ ਲੋਕਾਂ ਨੂੰ ਮਿਲਣਗੇ ਵੀ। ਬਾਕੀ ਰਹੀ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਦੀ, ਦੇਖੋ ਸਾਡਾ ਹਲਕਾ ਇੰਨਾ ਪਛੜ ਗਿਆ ਸੀ ਅਕਾਲੀ ਦਲ ਦੇ ਟਾਈਮ, 0 'ਤੇ ਚਲਿਆ ਗਿਆ ਸੀ। ਇੱਕ ਜਦੋਂ ਹੈਰੀਮਾਨ ਸਾਹਿਬ ਆਏ, ਤੁਸੀਂ ਹੁਣ ਦੇਖੋ ਸਾਡੇ ਹਲਕੇ ਦੇ ਵਿੱਚ, ਕੋਈ ਪਿੰਡਾਂ ਦੇ ਵਿੱਚ ਚਲੇ ਜਾਓ, ਸ਼ਹਿਰਾਂ ਦੇ ਵਿੱਚ ਚਲੇ ਜਾਓ, ਕੰਮ ਹੁੰਦੇ ਦਿਖਣਗੇ ਔਰ ਬਹੁਤ ਭਾਰੀ ਗ੍ਰਾਂਟਾਂ ਆਈਆਂ ਨੇ। ਮੈਨੂੰ ਲੱਗਦਾ ਪੰਜਾਬ ਦੇ ਨੰਬਰ 1 'ਤੇ ਆ ਸਾਡਾ ਹਲਕਾ ਇਸ ਟਾਈਮ ਸਾਰੇ ਫੰਡਾਂ ਦੇ ਵਿੱਚ। ਅਸੀਂ ਤਾਂ ਇੱਕ ਵਿਕਾਸ ਪੁਰਸ਼ ਦੇ ਤੌਰ 'ਤੇ ਨਾਂ ਮੈਂ ਲੈਣਾ ਚਾਹੂੰਗਾ ਮੈਂ ਹਰੀਮਾਨ ਸਾਹਿਬ ਦਾ, ਕਿ ਉਹ ਵਿਕਾਸ ਪੁਰਸ਼ ਨੇ। ਭੁਪਿੰਦਰ ਸਿੰਘ ਬਰਾੜ, ਜਨਰਲ ਸੈਕਟਰੀ ਸਨੌਰ, ਔਰ ਮੈਂ ਇੱਕ ਕਹਿਣਾ ਚਾਹੂੰਗਾ ਕਿ ਨਾ ਖੰਜਰ ਸੇ ਨਾ ਤਲਵਾਰ ਸੇ, ਨਾ ਖੰਜਰ ਸੇ ਨਾ ਤਲਵਾਰ ਸੇ ਜੋੜਾ ਜਾਏ, ਆਓ ਸਨੌਰ ਵਾਸੀਓ, ਤੁਹਾਨੂੰ ਬਾਈਪਾਸ ਸਨੌਰ ਤੋਂ ਜੋੜਾ ਜਾਏ। ਅੱਜ ਸਦਕਾ ਮਾਨ ਸਾਹਿਬ ਨੇ ਜੋ ਪ੍ਰੈਸ ਵਾਰਤਾ ਕੀਤੀ ਹੈ, ਔਰ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਵੀਰਿਆਂ ਦਾ, ਜਿਹੜੇ ਇਲੈਕਟ੍ਰੋਨਿਕ ਮੀਡੀਆ ਨੇ ਔਰ ਪ੍ਰਿੰਟ ਮੀਡੀਆ, ਜੋ ਸਨੌਰ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਗਈ, ਮੈਂ ਬਹੁਤ ਬਹੁਤ ਧੰਨਵਾਦ ਔਰ ਜੀ ਆਇਆਂ ਨੂੰ ਕਹਿੰਦਾ ਹੈ। ਬਰਾੜ ਸਾਹਿਬ, ਜਿਵੇਂ ਨਵੇਂ CM ਜਿਹੜੇ ਹੁਣ ਆਏ ਨੇ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਨਵੇਂ CM ਲਾਏ ਗਏ, ਇਹਨੂੰ ਕਿਵੇਂ ਵੇਖਦੇ ਹੋ? ਦੇਖੋ, ਕੈਪਟਨ ਅਮਰਿੰਦਰ ਸਿੰਘ CM ਬਣੇ, ਉਸ ਤੋਂ ਬਾਅਦ ਹਾਈ ਕਮਾਂਡ ਦਾ ਜੋ ਫੈਸਲਾ ਹੁੰਦਾ ਹੈ, ਸਾਡੀ ਹਾਈ ਕਮਾਂਡ ਦਿੱਲੀ ਹੈ, ਸੋਨੀਆ ਗਾਂਧੀ ਔਰ ਰਾਹੁਲ ਜੀ, ਉਹਨਾਂ ਨੇ ਆਪਣੇ ਹਿਸਾਬ ਨਾਲ ਫਿਰ ਜੋ ਹੈ ਚੰਨੀ ਜੀ ਨੂੰ CM ਬਣਾਇਆ, ਔਰ ਚੰਨੀ ਜੀ ਜੋ ਹੈ ਬਹੁਤ ਹੀ ਗਰੀਬ ਤਬਕੇ ਔਰ ਨੀਚੇ ਤੋਂ ਉੱਠ ਕੇ ਜੋ ਹੈ SC ਜਾਤ ਆਪਣੀ ਕਾਸਟ ਨਾਲ ਬਿਲੋਂਗ ਕਰਦੇ ਹੈ, ਜੋ ਕਿ ਉਹ ਵੀ ਬਹੁਤ ਅੱਛੇ CM ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਅੱਛੇ CM ਸੀ ਔਰ ਚੰਨੀ ਸਾਹਿਬ ਵੀ ਬਹੁਤ ਅੱਛੇ ਸੀ। ਫਰਕ ਕੀ ਹੈ ਚੰਗੇ ਦੋਵੇਂ ਦਾ? ਫਰਕ ਕੀ ਹੈ? ਫਰਕ ਇਹ ਹੈਗਾ ਕਿ ਇੱਕ ਇਹ ਜ਼ਮੀਨ ਤੋਂ ਉੱਠੇ ਹੋਏ ਹੈ ਔਰ ਆਮ ਜਨਤਾ ਨੂੰ ਮਿਲ ਰਹੇ ਹੈ। ਦੇਖੋ, ਟਾਈਮ ਬਹੁਤ ਘੱਟ ਹੈ, ਕਿੱਥੇ ਕੈਪਟਨ ਸਾਹਿਬ ਨੇ 4.5 ਸਾਲ ਕੀਤੇ, ਕਿੱਥੇ ਇਹਨਾਂ ਕੋਲ 2.5 ਜਾਂ 3 ਮਹੀਨੇ ਪਏ ਹੈ। ਹੁਣ ਅੱਗੇ ਵਿਕਾਸ ਦੀ ਜਿਹੜੀ ਧਾਰਾ ਕਿਹੜੀ ਹੈ, ਉਹ ਇਹ ਨੁਹਾਰ ਬਦਲੇਗੀ ਕਿ ਜਿਹੜੇ ਪ੍ਰੋਜੈਕਟ ਲੱਗੇ ਹੋਏ ਹੈ, ਜਿਹੜੇ ਪ੍ਰੋਜੈਕਟ ਦੇ ਪੈਸੇ ਆ ਚੁੱਕੇ ਹੈ, ਜਿਹੜਿਆਂ ਦੇ ਟੈਂਡਰ ਲੱਗ ਚੁੱਕੇ ਹੈ, ਇਹ ਵਿਕਾਸ ਬੋਲੇਗਾ। ਵਿਕਾਸ ਸਾਡੇ ਹਲਕੇ ਸਨੌਰ ਦੇ ਵਿੱਚ ਮਾਨ ਸਾਹਿਬ ਨੇ ਬਹੁਤ ਕਰਾਇਆ, ਸੜਕਾਂ ਹੋਣ, ਓਵਰ ਬ੍ਰਿਜ ਹੋਣ ਜਾਂ ਹੋਰ ਵੀ ਸਕੂਲਾਂ ਦੇ ਕੰਮ ਹੋਣ, ਫੰਡ ਹੋਣ, ਗ੍ਰਾਂਟ ਹੋਣ, ਇਹ ਮਾਨ ਸਾਹਿਬ ਨੇ ਜੀ ਜੋੜ ਔਰ ਜੀ ਜਾਨ ਨਾਲ ਇਹ ਤਨ ਮਨ ਧਨ ਨਾਲ ਲਾਇਆ। ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਇੱਥੇ ਸਨੌਰ ਦੇ ਵਿੱਚ ਬੱਚਾ ਖੁਸ਼ ਹੈ।
ਪੌਣੇ 5 ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋ ਪਾਏ ਉਹ ਹੁਣ 3 ਮਹੀਨੇ 'ਚ ਕਿਵੇਂ ਕਰ ਲਓ? 3 ਮਹੀਨੇ ਦੇਖੋ ਬਹੁਤ ਅੱਛਾ ਸਵਾਲ ਕੀਤਾ, ਇਹ ਮੈਂ ਗੱਲ ਮੰਨਦਾ। ਦੇਖੋ ਅਗਰ ਬੱਚੇ ਨੇ ਜਨਮ ਲੈਣਾ ਤਾਂ 9 ਮਹੀਨੇ 'ਚ ਹੀ ਬੱਚਾ ਜਨਮ ਲਵੇਗਾ, 6 ਮਹੀਨੇ 'ਚ ਤਾਂ ਹੋ ਨਹੀਂ ਸਕਦਾ, ਇਹ ਤਾਂ ਇੰਪੋਸੀਬਲ, ਕੁਦਰਤ ਦੀ ਚੀਜ਼ ਹੈ। ਉਸੇ ਪ੍ਰਕਾਰ 3 ਮਹੀਨੇ 'ਚ ਕੰਮ ਕਿੰਨੇ ਕੋਸ਼ਿਸ਼ ਕਰਾਂਗੀ ਸਾਡੀ ਜਿਹੜੀ ਚੰਨੀ ਸਾਹਿਬ ਦੀ ਗੌਰਮੈਂਟ ਹੈ, ਇਹ ਕੋਸ਼ਿਸ਼ ਕਰੇਗੀ ਵੀ ਜਿੰਨੇ ਵੀ ਜਨਤਾ ਦੇ ਵਾਸਤੇ, ਜਨਤਾ ਦੇ ਹਿੱਤ ਵਾਸਤੇ ਇਹ ਕੰਮ ਹੋ ਜਾਣ, ਉਹ ਚੰਗੇ ਤੋਂ ਚੰਗੇ ਹੋ ਜਾਣ ਔਰ ਫਾਇਦਾ ਜਨਤਾ ਨੂੰ ਜ਼ਿਆਦਾ ਪਹੁੰਚੇ। ਹਾਂਜੀ, ਮੇਰਾ ਨਾਮ ਚਰਨਜੀਤ ਕੌਰ, ਬਲਾਕ ਸਮਤੀ ਮੈਂਬਰ, ਪਿੰਡ ਕਟਕੇੜੀ। ਤੁਸੀਂ ਬਲਾਕ ਸਮਤੀ ਮੈਂਬਰ ਹੋ, ਹੁਣ ਨਵੇਂ CM ਆਏ ਆ ਚਰਨਜੀਤ ਸਿੰਘ ਚੰਨੀ, ਚਰਚਾ ਇਹ ਹੈ ਕਿ ਉਹਨਾਂ ਨੇ ਕਹਿਤਾ ਵੀ ਕੋਈ ਵੀ ਉਹਨਾਂ ਨੂੰ ਆ ਕੇ ਮਿਲ ਸਕਦਾ, ਪਹਿਲਾਂ ਕਾਰਡ ਬਣਵਾਉਣੇ ਪੈਂਦੇ ਸੀ ਤੁਹਾਨੂੰ ਸੈਕਟਰੀਏਟ ਦੇ ਵਿੱਚ, ਅਤੇ ਉਹ ਸਿੱਧਾ ਮਿਲਣ ਦਾ ਜਿਹੜਾ ਕਿੰਨਾ ਕੁ ਫਾਇਦਾ ਹੋਏਗਾ? ਸਰ ਇਹਦੇ ਵਾਸਤੇ ਬਹੁਤ ਫਾਇਦਾ, ਪਰ ਅਸੀਂ ਤਾਂ ਮੈਂ ਤਾਂ ਇਹ ਵੀ ਤੁਹਾਨੂੰ ਕਹਾਂਗੀ ਜੀ, ਅਸੀਂ ਪਹਿਲਾਂ ਕੈਪਟਨ ਮਨਿੰਦਰ ਸਿੰਘ ਸੀ, ਸਾਡੀ ਮਹਾਰਾਣੀ ਪ੍ਰਨੀਤ ਕੌਰ ਸੀ, ਸਾਡੀਆਂ ਤਾਂ ਉਹਨਾਂ ਨਾਲ ਵੀ ਫੋਨ 'ਤੇ ਗੱਲਾਂ ਹੁੰਦੀਆਂ ਸੀ, ਔਰ ਨਾ ਤਾਂ ਸਾਨੂੰ ਉਹਨਾਂ ਵਾਰੀ ਕੋਈ ਪ੍ਰੋਬਲਮ ਆਈ ਆ ਅਤੇ ਨਾ ਕੋਈ ਹੁਣ ਆਏਗੀ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਐਡਾ ਵੱਡਾ ਫੈਸਲਾ ਲਿਆ ਵੀ ਜਿਹੜੇ ਸਿੱਧੇ ਆਣ ਕੇ ਮਿਲ ਸਕਦੇ ਆ। ਇਹ ਹੈ ਵੀ ਚਲੋ ਅਸੀਂ ਹੁਣ ਬਲਾਕ ਸਮਤੀ ਮੈਂਬਰ ਆ ਜਾਂ ਕਿਸ ਤਰ੍ਹਾਂ ਵੀ, ਪਰ ਉਹ ਮਿਲਦੇ ਸਭ ਨੂੰ ਆ, ਕੈਪਟਨ ਮਨਿੰਦਰ ਸਿੰਘ ਵੀ ਮਿਲਦੇ ਆ, ਮਹਾਰਾਣੀ ਪ੍ਰਨੀਤ ਕੌਰ ਵੀ ਮਿਲਦੀ ਰਹੀ ਆ, ਔਰ ਚੰਨੀ ਸਾਹਿਬ ਵੀ ਜ਼ਰੂਰ ਮਿਲਣਗੇ। ਜਿਹੜੀ ਉਹਨਾਂ ਦੇ ਮੋਢਿਆਂ 'ਤੇ ਇੱਕ ਪਾਵਰ ਦਿੱਤੀ ਗਈ ਆ ਆਪਣੀ CM ਸਾਹਿਬ ਦੀ, ਉਹ ਆਪਣੀ ਬੜੀ ਜ਼ਿੰਮੇਦਾਰੀ ਦੇ ਨਾਲ ਨਿਭਾਉਣਗੇ, ਅਤੇ ਪਰ ਬਾਕੀ ਜਿੰਨੀ ਉਹਨਾਂ ਦੀ ਕਾਂਗਰਸ ਪਾਰਟੀ ਉਹਨਾਂ ਦਾ ਸਮਰਥਨ ਕਰਦੀ ਆ, ਉਹਨਾਂ ਨੂੰ ਧੰਨਵਾਦ ਕਰਦੀ ਆ। ਅਸੀਂ ਉਹਨਾਂ ਤੋਂ ਬਹੁਤ ਉਮੀਦਾਂ ਲੈ ਕੇ ਆਏ ਹਾਂ, ਕਿਉਂਕਿ ਜਲਦੀ ਤੋਂ ਜਲਦੀ ਜਿਹੜੇ ਸਾਡੇ ਥੋੜ ਕੰਮ ਰਹਿ ਗਏ ਆ, ਬਹੁਤ ਜ਼ਿਆਦਾ ਹੱਦ ਤੱਕ ਸਾਡੇ ਕੰਮ ਹੋ ਚੁੱਕੇ ਆ, ਜਿਹੜੇ ਥੋੜ੍ਹੇ ਬਹੁਤੇ ਰਹਿ ਗਏ ਆ ਤਾਂ ਉਹ ਸਾਨੂੰ ਜਲਦੀ ਤੋਂ ਜਲਦੀ 2-2.5 ਮਹੀਨਿਆਂ ਦੇ ਵਿੱਚ ਪੂਰੇ ਕਰਨਗੇ, ਸਾਨੂੰ ਉਮੀਦ ਆ। ਕੰਮ ਰਹਿ ਗਏ ਕਾਫੀ ਦੱਸੇ ਜਾ ਰਿਹਾ, 2-2.5 ਮਹੀਨਿਆਂ ਦੇ ਵਿੱਚ ਕਿਵੇਂ ਪੂਰੇ ਹੋਣਗੇ? ਸਰ ਕਰਨਗੇ ਜੀ, ਕੋਸ਼ਿਸ਼ ਆ ਜੀ, ਬਹੁਤ ਜਲਦੀ ਜਲਦੀ ਕਰਨਗੇ, ਵਰਨਾ ਤਾਂ ਸਾਰਾ ਕੁਝ ਹੋ ਚੁੱਕਾ। ਸਭ ਤੋਂ ਮੇਨ ਮੁੱਦਾ ਜੀ, ਸਾਨੂੰ ਸਭ ਤੋਂ 10 ਸਾਲ ਤੋਂ ਸੜਕਾਂ ਦਾ ਹੈ, ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਤੁਸੀਂ ਵੀ ਮੀਡੀਆ ਵਾਲੇ ਜਾਂਦੇ ਹਰੇਕ ਜਗ੍ਹਾ ਪਿੰਡ ਪਿੰਡ ਕਵਰ ਕਰਦੇ ਸੀ, ਸਾਡੀਆਂ ਇਲੈਕਸ਼ਨਾਂ ਵਿੱਚ ਵੀ ਤੁਸੀਂ ਫਿਰੇ ਆ, ਮਹਾਰਾਣੀ ਦੀ ਇਲੈਕਸ਼ਨਾਂ ਵਿੱਚ ਵੀ ਫਿਰੇ ਆ, CM ਦੀ ਇਲੈਕਸ਼ਨਾਂ 'ਚ ਵੀ ਫਿਰੇ, ਸਭ ਤੋਂ ਵੱਡਾ ਤੁਸੀਂ ਪੂਰੇ ਪੰਜਾਬ ਦਾ ਸੜਕਾਂ ਦਾ ਦੌਰ ਦੇਖ ਸਕਦੇ ਵੀ ਸੜਕਾਂ ਦਾ ਕੀ ਹਾਲਾਤ ਸੀ। ਡੇਲੀ ਦੇ 5-10-15 ਐਕਸੀਡੈਂਟ ਜਿਹੜੇ ਹੁੰਦੇ ਸੀ ਸੜਕਾਂ ਦੀਆਂ ਰੋਡਾਂ ਤੋਂ, ਖੱਡਿਆਂ ਤੋਂ ਐਕਸੀਡੈਂਟ ਘੱਟ ਗਏ? ਹਾਂਜੀ, ਸਭ ਤੋਂ ਮੇਨ ਤਾਂ ਜੀ ਘੱਟ ਗਿਆ ਜੀ, ਹੁਣ ਕੋਈ ਆਪਣੀ ਨਗੈਲੀ ਨਾ ਐਕਸੀਡੈਂਟ ਹੋ ਜੇ, ਪਰ ਇਹ ਨਹੀਂ ਕਿ ਵੀ ਅਸੀਂ ਕਹਿ ਦਈਏ ਵੀ ਸੜਕ ਟੁੱਟੀ ਤੋਂ ਹੋਣਗੇ, ਪਰ ਸੜਕ ਸਾਡੀ ਇੰਨੀ ਵਧੀਆ ਬਣ ਗਈ ਆ, ਜਿਹੜਾ ਸਾਡਾ ਘੰਟੇ ਦਾ ਰਸਤਾ ਸੀ ਸਾਡਾ 15 ਮਿੰਟ ਦਾ ਰਸਤਾ ਰਹਿ ਗਿਆ ਜੀ।